ਸਵਾਗਤ ਕਰਦਾ ਹਾਂ ਵੀਰਾਂ ਅਤੇ ਭੈਣਾਂ ਦਾ ਤੁਹਾਡੇ ਆਪਦੇ ਯੂਟਿਊਬ ਚੈਨਲ ਦੇ ਉੱਤੇ। ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹੈ ਜੀ, ਜੋ ਕਿ ਪੰਜਾਬ ਦੇ ਵਿੱਚ ਆਊਟ ਕਰ ਦਿੱਤਾ ਗਿਆ ਹੈ। ਕਿੱਦਾਂ ਵੈਕੈਂਸੀ ਆਊਟ ਹੋਈਆਂ ਨੇ, ਕਿਹੜੀ ਕਿਹੜੀ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ, ਪੂਰੀ ਜਾਣਕਾਰੀ ਮੈਂ ਤੁਹਾਨੂੰ ਦੇਵਾਂਗਾ ਇਸ ਵੀਡੀਓ ਦੇ ਵਿੱਚ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੀ। ਪਹਿਲੀ ਵਾਰੀ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈੱਲ ਆਈਕਨ ਦਬਾ ਦਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਤੁਹਾਨੂੰ ਹਰ ਇੱਕ ਅਪਡੇਟ ਲੈ ਕੇ ਤੁਸੀਂ ਜਿਹੜਾ ਜੀ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਸਬ ਇੰਸਪੈਕਟਰ, ਕੋਂਸਟੇਬਲ ਅਤੇ ਹੋਰ ਕਈ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ। ਕਿਹੜੇ ਡਿਪਾਰਟਮੈਂਟ ਵੱਲੋਂ ਆਊਟ ਕੀਤੀਆਂ ਗਈਆਂ ਨੇ, ਇਹ 'ਚ ਆਲ ਇੰਡੀਆ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ। ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਜਿਹੜਾ ਜੀ ਉਹ ਨਵੰਬਰ ਦੀ ਭਰਤੀ ਦਾ ਆ ਚੁੱਕਾ ਹੈ। ਇਹਦੇ ਵਿੱਚ ਅਪਲਾਈ ਕਰਨ ਲਈ ਲਾਸਟ ਡੇਟ ਜਿਹੜੀ ਹੈ ਜੀ ਉਹ 28 ਦਸੰਬਰ ਜਿਹੜੀ ਹੈ ਜੀ ਦਿੱਤੀ ਗਈ ਹੈ। ਸੋ ਤੁਹਾਨੂੰ ਮੈਂ ਓਫਿਸ਼ੀਅਲ ਨੋਟੀਫਿਕੇਸ਼ਨ 'ਤੇ ਲੈ ਚੱਲਦੇ ਹਾਂ, ਉੱਥੇ ਜਾ ਕੇ ਦੱਸਦਾ ਪੂਰੀ ਇਨਫੋਰਮੇਸ਼ਨ ਕਿੱਦਾਂ ਕਰਨਾ ਅਪਲਾਈ ਅਤੇ ਕੌਣ ਕੌਣ ਹੋਣ ਵਾਲਾ ਐਲੀਜੀਬਲ ਇਸ ਕੈਂਡੀਡੇਟ ਦੇ। ਇਹ ਤੁਸੀਂ ਦੇਖ ਪਾ ਰਹੇ ਹੋ ਜੀ, ਸਭ ਤੋਂ ਪਹਿਲਾਂ ਕਿਹੜੀ ਕਿਹੜੀ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਉਹ ਡਿਸਕਸ ਕਰ ਲੈਂਦੇ ਹਾਂ ਆਪਾਂ। ਇਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਪੋਸਟ ਆਊਟ ਕੀਤੀ ਗਈ ਹੈ ਜੀ ASI Grade 3 ਦੀ ਹੈ, ਜਿਸਦੇ ਵਿੱਚ ਇੱਕ ਪੋਸਟ ਆਊਟ ਕੀਤੀ ਗਈ ਹੈ। ਔਰ ਇਸਦੇ ਲਈ ਤੁਹਾਡੀ ਪੇ ਮੈਟ੍ਰਿਕਸ ਜਿਹੜੀ ਰਹੇਗੀ ਜੀ 29,200 ਤੋਂ ਲੈ ਕੇ 92,300 ਜਿਹੜੀ ਹੈ ਜੀ ਰਹਿਣ ਵਾਲੀ ਹੈ। ਉਸ ਤੋਂ ਬਾਅਦ SC ਜੋ ਕਿ ਕਾਰਪੈਂਟਰ ਦੀਆਂ ਨੇ, ਉਸ ਤੋਂ ਵਿੱਚ ਟੋਟਲ ਜਿਹੜੀਆਂ ਨੇ 4 ਪੋਸਟਾਂ ਆਊਟ ਕੀਤੀਆਂ ਗਈਆਂ ਨੇ, ਜਿਸ ਵਿੱਚ ਤੁਹਾਡੀ ਸੈਲਰੀ 25,500 ਤੋਂ ਲੈ ਕੇ 81,100 ਜਿਹੜੀ ਹੈ ਜੀ ਰਹਿਣ ਵਾਲੀ ਹੈ। SC ਪਲੰਬਰ ਦੀ ਵੈਕੈਂਸੀ 2 ਆਊਟ ਕੀਤੀਆਂ ਗਈਆਂ ਨੇ। ਕੋਂਸਟੇਬਲ ਸੀਵਰਮੈਨ ਦੀਆਂ ਜਿਹੜੀਆਂ ਨੇ 2 ਪੋਸਟਾਂ ਨੇ, ਜਿਸ ਵਿੱਚ ਤੁਹਾਡੀ ਸੈਲਰੀ 21,700 ਤੋਂ ਲੈ ਕੇ 59,100 ਜਿਹੜੀਆਂ ਰਹੇਗੀ। ਕੋਂਸਟੇਬਲ ਜਨਰਲ ਓਪਰੇਟਰ ਦੀ ਹੈ ਜੀ, ਜਿਸ ਦੇ ਵਿੱਚ ਟੋਟਲ ਜਿਹੜੀਆਂ ਵੈਕੈਂਸੀਜ਼ ਨੇ 24 ਆਊਟ ਕੀਤੀਆਂ ਗਈਆਂ ਨੇ। ਕੋਂਸਟੇਬਲ ਜਨਰੇਟਰ ਮਕੈਨਿਕ ਦੀਆਂ ਨੇ ਜੀ, ਜਿਸ ਦੇ ਵਿੱਚ ਤੁਹਾਡੀ 28 ਪੋਸਟ ਆਊਟ ਰਹਿਣ ਕਰਨ ਹੈਗੀਆਂ ਨੇ। ਕੋਂਸਟੇਬਲ ਲਾਈਨਮੈਨ ਦੀਆਂ 11 ਪੋਸਟਾਂ ਟੋਟਲ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਸੋ ਇਸ ਦੇ ਵਿੱਚ ਅਗਰ ਨੈਕਸਟ ਗੱਲ ਕਰੀਏ ਕਿ ਤੁਸੀਂ ਅਪਲਾਈ ਕਦੋਂ ਕਰਨਾ, ਇਹਦੇ ਵਿੱਚ ਅਪਲਾਈ ਕਰਨ ਦਾ ਟਾਈਮ ਜਿਹੜਾ ਜੀ 45 ਦਿਨ ਦੇ ਅੰਦਰ ਤੁਹਾਨੂੰ ਦਿੱਤਾ ਗਿਆ ਹੈ ਜੀ, ਜੋ ਕਿ 28 ਦਸੰਬਰ ਤੱਕ ਬਣਦਾ ਹੈ। ਸੋ ਤੁਹਾਡੇ ਕੋਲ ਜਿਹੜੀ ਸਾਰੀ ਐਪਲੀਕੇਸ਼ਨ ਹੈ ਉਹਨਾਂ ਦੇ ਦਿੱਤੇ ਗਏ ਟਾਈਮ ਦੇ ਵਿੱਚ ਵੀ ਜਿਹੜੇ ਤੁਹਾਨੂੰ ਸੈਂਡ ਕਰਨੇ ਨੇ। ਇਸੈਂਸ਼ੀਅਲ ਕੁਆਲੀਫਿਕੇਸ਼ਨ ਦੀ ਗੱਲ ਕਰਾਂ ਤਾਂ ASI ਜਿਹੜੀਆਂ ਹੈਗੀ ਵੈਕੈਂਸੀ ਉਹਦੇ ਲਈ ਜਿਹਨਾਂ ਨੇ ਮੈਟ੍ਰਿਕ ਪਾਸ ਕੀਤੀ ਹੋਈ ਜਾਂ ਇਸ ਦੇ ਇਕੁਅਲੈਂਟ ਉਹ ਜਿਹੜਾ ਅਪਲਾਈ ਕਰ ਸਕਦੇ ਨੇ। ਪਲੱਸ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਜੋ ਕਿ ਡਰਾਫਟਮੈਨਸ਼ਿਪ ਦਾ, ਜੋ ਕਿ ਸਿਵਲ ਦੇ ਵਿੱਚ ਹੈ, ਅਤੇ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟ ਆਫ ਦੇ ਇੰਕੁਲੈਂਟ ਹੋਣਾ ਚਾਹੀਦਾ। ਡਿਪਲੋਮਾ ਸਿਵਲ ਇੰਜੀਨੀਅਰਿੰਗ ਵਾਲੇ ਕੈਂਡੀਡੇਟ ਵੀ ਇਹਦੇ ਲਈ ਐਲੀਜੀਬਲ ਨੇ। SC ਕਾਰਪੈਂਟਰ ਦੀਆਂ ਜਿਹੜੀ ਵੈਕੈਂਸੀ ਨੇ ਉਹਦੇ ਲਈ ਜਿਹੜੀਆਂ ਨੇ ਮੈਟ੍ਰਿਕ ਵਾਲੇ ਕੈਂਡੀਡੇਟ ਐਲੀਜੀਬਲ ਨੇ, ਜਿਨ੍ਹਾਂ ਨੇ ITI ਪਾਸ ਆਊਟ ਕੀਤੀ ਹੋਈ ਹੈ, ਠੀਕ ਹੈ, ਸਰਟੀਫਿਕੇਟ ਹੈਗਾ ਜਿਨ੍ਹਾਂ ਕੋਲ ਜੋ ਕਿ ਕਾਰਪੈਂਟਰ ਦਾ। ਸੋ ਉਹ ਅਪਲਾਈ ਕਰ ਸਕਦੇ ਨੇ। ਉਸ ਤੋਂ ਬਾਅਦ SC ਪਲੰਬਰ ਦੀਆਂ ਨੇ, ਮੈਟ੍ਰਿਕ ਕੈਂਡੀਡੇਟ ਜਿਨ੍ਹਾਂ ਨੇ ITI ਕੀਤੀ ਹੋਈ ਹੈ ਪਲੰਬਰ ਸਟੇਟ ਦੇ ਵਿੱਚ, ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਜੀ। ਉਸ ਤੋਂ ਬਾਅਦ ਕੋਂਸਟੇਬਲ ਸੀਵਰਮੈਨ ਦੀਆਂ ਨੇ, ਜਿਨ੍ਹਾਂ ਨੇ ਜਿਹੜੀਆਂ ਨੇ ਮੈਟ੍ਰਿਕ ਪਾਸ ਕੀਤੀ ਹੋਈ ਹੈ, ਠੀਕ ਹੈ ਜੀ, ਐਕਸਪੀਰੀਅੰਸ ਹੈਗਾ ਮੈਂਟੇਨੈਂਸ ਸੀਵਰੇਜ ਦਾ, ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਜਿਨ੍ਹਾਂ ਨੂੰ ਕੁਆਲੀਫਾਈ ਕਰਨਾ ਪਏਗਾ ਪ੍ਰੋਫੀਸ਼ੀਐਂਸੀ ਟੈਸਟ ਜੋ ਕਿ ਟ੍ਰੇਡ ਦੇ ਵਿੱਚ ਹੋਏਗਾ। ਕੋਂਸਟੇਬਲ ਜਨਰਲ ਓਪਰੇਟਰ ਦੀਆਂ ਮੈਟ੍ਰਿਕ ਵਾਲੇ ਕੈਂਡੀਡੇਟ ਐਲੀਜੀਬਲ ਨੇ, ਔਰ ਜਿਨ੍ਹਾਂ ਨੇ ITI ਪਾਸ ਆਊਟ ਕੀਤੀ ਹੋਈ ਇਲੈਕਟ੍ਰੀਸ਼ੀਅਨ ਵਾਇਰਮੈਨ ਡੀਜ਼ਲ ਮੋਟਰ ਮਕੈਨਿਕ ਦੇ ਵਿੱਚ, ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। 3 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਰਿਸਪੈਕਟਿਵ ਟ੍ਰੇਡ ਦੇ ਵਿੱਚ। ਕੋਂਸਟੇਬਲ ਜਨਰਲ ਮਕੈਨਿਕ ਦੀਆਂ ਜਿਨ੍ਹਾਂ ਨੇ ਮੈਟ੍ਰਿਕ ਪਾਸ ਕੀਤੀ ਹੋਈ ਹੈ ਜੀ, ਠੀਕ ਹੈ ਜੀ, ITI ਕੀਤੀ ਹੋਈ ਹੈ ਡੀਜ਼ਲ ਮੋਟਰ ਮਕੈਨਿਕ ਦੇ ਵਿੱਚ ਕਿਸੇ ਵੀ ਰਿਕੋਗਨਾਈਜ ਇੰਸਟੀਚਿਊਟ ਤੋਂ, 3 ਸਾਲ ਦਾ ਐਕਸਪੀਰੀਅੰਸ ਹੈਗਾ ਰਿਸਪੈਕਟਿਵ ਪੋਸਟ ਦਾ, ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਕੋਂਸਟੇਬਲ ਲਾਈਨਮੈਨ ਦੇ ਲਈ ਮੈਟ੍ਰਿਕ ਵਾਲੇ ਕੈਂਡੀਡੇਟ ਐਲੀਜੀਬਲ ਨੇ, ਕਿਸੇ ਵੀ ਰੈਕੋਗਨਾਈਜ਼ ਬੋਰਡ ਯੂਨੀਵਰਸਿਟੀ ਤੋਂ ਪਾਸ ਆਊਟ ਕੀਤਾ ਹੈ, ਉਹ ਇਹਦੇ ਲਈ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ। ਜਿਨ੍ਹਾਂ ਨੇ ITI ਪਾਸ ਆਊਟ ਕੀਤੀ ਹੋਈ ਹੈ ਜੋ ਕਿ ਵਾਇਰਮੈਨ ਅਤੇ ਲਾਈਨਮੈਨ ਦੇ ਵਿੱਚ, 3 ਸਾਲ ਦਾ ਐਕਸਪੀਰੀਅੰਸ ਹੈਗਾ, ਉਹ ਅਪਲਾਈ ਕਰ ਪਾਉਣਗੇ ਜੀ। ਏਜ ਲਿਮਿਟ ਦੀ ਗੱਲ ਕਰਾਂ ਤਾਂ ਜਿਹੜੇ ਕੈਂਡੀਡੇਟ 18 ਤੋਂ ਲੈ ਕੇ 25 ਸਾਲ ਤੱਕ ਦੇ ਕੈਂਡੀਡੇਟ ਨੇ, ਉਹ ਸਾਰੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ। ਤੁਹਾਡੀ ਜਿਹੜੀ ਸਾਰੀ ਐਲੀਜੀਬਿਲਿਟੀ ਹੈ ਉਹ ਤੁਹਾਡੇ ਲਾਸਟ ਡੇਟ ਤੱਕ ਜਿਹੜੀ ਹੈ ਜੀ ਪੂਰੀ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਇਹ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਹੈ ਜੀ ਮਿਨਿਸਟਰੀ ਆਫ ਹੋਮ ਅਫੇਅਰਸ ਡਾਇਰੈਕਟਰੇਟ ਜਨਰਲ ਬਾਰਡਰ ਸਿਕਿਉਰਿਟੀ ਫੋਰਸ ਵੱਲੋਂ ਆਊਟ ਕੀਤਾ ਗਿਆ, ਮਤਲਬ BSF ਵੱਲੋਂ, ਜੋ ਕਿ BSF ਇੰਜੀਨੀਅਰਿੰਗ ਦੇ ਵਿੱਚ ਆਊਟ ਕੀਤਾ ਗਿਆ ਹੈ, ਜੋ ਕਿ ਈਅਰ 2020-21 ਦੀਆਂ ਵੈਕੈਂਸੀਜ਼ ਹੈਗੀਆਂ ਨੇ। ਸੋ ਇਹਦੇ ਲਈ ਤੁਹਾਡੇ ਕੋਲ ਟਾਈਮ ਹੈਗਾ ਜੀ ਅਪਲਾਈ ਕਰਨ ਦੇ ਲਈ, ਹਲੇ ਤੁਸੀਂ ਅਪਲਾਈ ਕਰ ਸਕਦੇ ਹੋ, ਕਿਉਂਕਿ ਇਹਦੇ ਲਾਸਟ ਡੇਟ ਜਿਹੜੀ ਹੈ ਜੀ ਉਹ 28 ਦਸੰਬਰ ਜਿਹੜੀ ਹੈ ਜੀ ਬਣ ਰਹੀ ਹੈ। ਇਹਨਾਂ ਦੇ ਅਕੋਰਡਿੰਗਲੀ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾਣਾ ਹੈ ਜੀ, ਜਿੱਦਾਂ ਕਿ ਤੁਸੀਂ ਦੇਖ ਹੀ ਪਾ ਰਹੇ ਹੋ, ਇਹ ਤੁਸੀਂ ਦੇਖ ਪਾ ਰਹੇ ਹੋ ਜੀ। ਸਭ ਤੋਂ ਪਹਿਲਾਂ ਇੱਥੇ ਜਾਣਾ, ਇੱਥੇ ਜਾ ਕੇ ਤੁਸੀਂ ਜਿਹੜਾ ਅਪਡੇਟ ਲੈ ਸਕਦੇ ਹੋ। ਇਸ ਦੇ ਵਿੱਚ ਡਿਟੇਲ ਐਡਵਰਟਾਈਜ਼ਮੈਂਟ ਜਿਹੜਾ ਹੈ ਜੀ ਉਹ ਆਊਟ ਕੀਤਾ ਗਿਆ। ਸੋ ਇਸਦੇ ਲਈ ਔਨਲਾਈਨ ਹੀ ਐਪਲੀਕੇਸ਼ਨ ਜਿਹੜੀਆਂ ਨੇ ਉਹ ਇਨਵਾਈਟ ਕੀਤੀਆਂ ਗਈਆਂ ਨੇ। ਸੋ ਤੁਸੀਂ BSF ਦੀ ਵੈਬਸਾਈਟ 'ਤੇ ਜਾ ਕੇ ਲੈ ਸਕਦੇ ਹੋ। ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ। ਇਹ ਵੈਕੈਂਸੀ ਦੇ ਲਿੰਕ ਤੁਹਾਨੂੰ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਦੇਵਾਂਗਾ, ਨੋਟੀਫਿਕੇਸ਼ਨ ਵੀ ਤੁਸੀਂ ਡਾਊਨਲੋਡ ਕਰਕੇ ਜਿਹੜਾ ਤਿਆਰੀ ਆਪਣੀ ਕਰ ਸਕਦੇ ਹੋ। ਤਾਂ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ।